हेलो गाइस, कितना सारे आई होप तुसी सारे बहुत वधिया होगे। वेलकम बैक टू दी अनदर व्लॉग। अज आप चले हाँ टोबर मुरी, तो मेरी हालत वेख के मे भी तुहानू ऐ लगता होगा कि इदा क्यों बैठा, लेकिन मैं एक्चुअली हुणे ही उठिया वा 5 मिनट पहला। साढ़े सवेर के बजे अज 5:30 ते 6 बजे तक अं घरों निकलना वा। इन्ना अर्ली ऐश करके चले हाँ क्योंकि टोबर मुरी इतों हैगा अराउंड 3.5 घंटे की ड्राइव आ। ਉਦੋਂ ਹੀ ਸੋਚੀ ਸੀ ਕਿ ਅਸੀਂ ਚੱਲ ਜਾਵਾਂਗੇ, ਇੱਕ ਦਿਨ ਪਹਿਲਾਂ ਚੱਲ ਜਾਵਾਂਗੇ ਅਤੇ ਉੱਥੇ ਰਾਤੀ ਸਟੇਅ ਕਰ ਲਾਂਗੇ, ਲੇਕਿਨ ਫੋਰ ਸਮ ਰੀਜ਼ਨਸ ਅਸੀਂ ਇੱਦਾਂ ਨਹੀਂ ਕਰ ਸਕਦੇ। ਅਸੀਂ ਇਸ ਕਰਕੇ ਸਾਨੂੰ ਅਰਲੀ ਮਾਰਨਿੰਗ ਨਿਕਲਣਾ ਪੈਣ ਡਿਆ, ਤਾਂ ਕਿ ਅੱਜ ਸੰਡੇ ਆ ਅਤੇ ਅਸੀਂ ਸ਼ਾਮੀ ਜਾਂ ਰਾਤ ਤੱਕ ਵਾਪਸ ਆ ਜਾਈਏ। ਬਿਕੋਜ਼ ਕੱਲ੍ਹ ਦੁਬਾਰਾ ਜਿੰਨੇ ਵੀ ਅਸੀਂ ਚੱਲੇ ਆ ਸਾਡੇ ਸਾਰਿਆਂ ਦਾ ਕੰਮ ਸ਼ੁਰੂ ਹੋ ਜਾਣਾ। ਅਸੀਂ ਟੋਟਲ 4 ਜਣੇ, ਸੋ ਠੀਕ ਹੈ ਚਲੋ ਹੁਣ ਛੇਤੀ ਛੇਤੀ ਰੈਡੀ ਹੁੰਦੇ ਕਿਉਂਕਿ ਮੈਂ ਆਲਰੇਡੀ ਲੇਟ ਹੀ ਹੋ ਗਿਆ, 6 ਵਜੇ ਹੀ ਨਿਕਲਣਾ ਸੀ ਘਰੋਂ। ਸੋ ਚਲੋ ਅੱਗੇ ਤੁਹਾਨੂੰ ਦਿਖਾਉਂਦੇ ਹਾਂ। ਹੈਲੋ ਗਾਈਜ਼, ਸੋ ਅਸੀਂ ਹੋ ਗਏ ਰੈਡੀ। ਹੁਣ ਮੇਰੇ ਨਾਲ ਦੇ ਦੋਵੇਂ ਮੁੰਡੇ ਥੱਲੇ ਪਹੁੰਚੇ ਹੋਏ ਆ, ਬਸ ਥੱਲੇ ਜਾਣਾ ਰਹਿ ਗਿਆ ਆ। ਸੋ ਚਲੋ ਹੁਣ ਥੱਲੇ ਚੱਲਦੇ ਹਾਂ, ਫਿਰ ਜਾ ਕੇ ਅਸੀਂ ਇੱਕ ਬੰਦੇ ਨੂੰ ਰਾਤ 'ਚ ਪਿੱਕ ਕਰਦੇ ਹਾਂ, ਉਹਨੂੰ ਪਿੱਕ ਕਰਦੇ ਹਾਂ ਅਤੇ ਗੁੱਡ ਟੂ ਗੋ। ਬਈ ਮਿੱਤਰੋਂ ਹੀ ਆਲਮੋਸਟ ਹੁਣ ਚੱਲੇ ਆ ਟੋਬਰ ਮੁਰੀ। ਆਲਮੋਸਟ 40-45 ਮਿੰਟ ਦਾ ਰਾਹ ਰਹਿ ਗਿਆ ਵਾ, ਸਮੇਂ 80 ਕਿਲੋਮੀਟਰ ਮੇ ਬੀ, ਪਰ ਸਿੱਧਾ ਹੀ ਜਾਣਾ ਹੁਣ ਇੱਥੋਂ। ਇਸ ਬੰਨੇ ਆਲਮੋਸਟ ਪਹੁੰਚ ਗਏ ਹਾਂ ਅਤੇ ਘਰੋਂ ਤੁਰਿਆਂ ਨੂੰ ਸਾਨੂੰ ਹੋ ਗਏ ਆ 2 ਘੰਟੇ। ਹੁਣ ਅਸੀਂ ਰਾਹ 'ਚ ਰੁਕੇ ਸੀ ਥੋੜ੍ਹੇ ਬਹੁਤ ਰਿਫਰੈਸ਼ਮੈਂਟ ਵਾਸਤੇ, ਲੇਕਿਨ ਅਸੀਂ ਅੰਦਰ ਗਏ, ਅੰਦਰ ਬਹੁਤ ਜ਼ਿਆਦਾ ਲੈਣ ਆ। ਸੋ ਅਸੀਂ ਹੁਣ ਡਰਾਈਵ ਥਰੂ ਪਾਵਾਂਗੇ, ਉਸ ਤੋਂ ਬਾਅਦ ਇੱਥੋਂ ਵਾਪਸ ਸਿੱਧਾ ਟੋਬਰ ਮੁਰੀ। ਹੁਣ ਜਿਹੜੀ ਤੁਹਾਨੂੰ ਮੇ ਬੀ ਅਗਲੀ ਕਲਿੱਪ ਦਿਖੇ ਛੇਤੀ ਟੋਬਰ ਮੁਰੀ ਦੀ, ਅਤੇ ਮੇਰੇ ਨਾਲ ਦੇ ਬੰਦੇ ਮੈਂ ਦਿਖਾ ਦਿੰਦਾ, ਆਹ ਅੰਦਰ ਬਹਿ ਗਏ ਆ 2 ਅਤੇ 1 ਆਹ ਖੜੀ ਆ। ਬਾਏ। ਸੋ ਓਕੇ ਵੀ ਮਿੱਤਰੋਂ, ਅਸੀਂ ਪਹੁੰਚ ਗਏ ਹਾਂ ਟੋਬਰ ਮੁਰੀ। ਸੋ ਬੇਸਿਕਲੀ ਟੋਬਰ ਮੁਰੀ ਕਿਹੋ ਜਿਹੀ ਥਾਂ ਨਹੀਂ ਹੈਗੀ ਜਿੱਥੇ ਤੁਸੀਂ ਪਹੁੰਚੋ ਅਤੇ ਸਭ ਕੁਝ ਦੇਖ ਲਓ। ਇਟਸ ਲਾਈਕ ਇੱਕ ਥਾਂ ਜਿੱਥੇ ਅੱਡ ਅੱਡ ਚੀਜ਼ਾਂ ਨੇ ਵੇਖਣ ਵਾਲੀਆਂ, ਜਿੱਦਾਂ ਤੁਸੀਂ ਕਹਿ ਸਕਦੇ ਜੇ ਕਿ ਕੁਛ ਬੀਚਿਸ ਨੇ, ਕੁਛ ਨੈਸ਼ਨਲ ਪਾਰਕ ਆ ਅਤੇ ਬਾਕੀ ਸਭ ਕੁਛ ਕੁਛ ਬੋਟ ਟੂਰਸ ਵਗੈਰਾ ਹੋ ਗਏ, ਹੈ ਨਾ, ਇੱਦਾਂ ਸਭ ਕੁਛ ਹੈਗਾ। ਸੋ ਹਾਲੇ ਤਾਂ ਅਸੀਂ ਸਾਰਾ ਕੁਛ ਨਹੀਂ ਵੇਖਿਆ ਕੀ ਚੱਕਰ ਹੈਗਾ। ਅਸੀਂ ਸਿੱਧਾ ਆ ਗਏ ਸੀ ਲੋਕੇਸ਼ਨ ਟੋਬਰ ਮੁਰੀ ਪਾ ਕੇ, ਅਤੇ ਹੁਣ ਸਭ ਤੋਂ ਪਹਿਲੀ ਲੋਕੇਸ਼ਨ ਜਿੱਥੇ ਅਸੀਂ ਆਏ, ਜਿਹੜੀ ਸਾਨੂੰ ਜਿੱਥੇ ਵੀ ਖਲੋਤੇ ਉਤੋਂ ਨੀਅਰੈਸਟ ਜਿਹੜੀ ਸਾਨੂੰ ਲੱਭੀ ਉਹ ਆ ਫੈਥਮ 5 ਪਾਰਕ ਕਰਕੇ ਕੁਛ। ਹੁਣ ਅਸੀਂ ਇੱਥੇ ਆ ਗਏ ਹਾਂ, ਅੰਦਰ ਜਾ ਕੇ ਤੁਹਾਨੂੰ ਦਿਖਾਉਂਦੇ ਸਾਨੂੰ ਕੀ ਦੇਖਦਾ ਕੀ ਨਹੀਂ ਦੇਖਦਾ। ਇੱਥੇ ਆ ਕੇ ਬੇਸਿਕਲੀ ਤੁਸੀਂ ਕੀ ਕਰਨਾ ਜੇ, ਗੱਡੀ ਪਾਰਕ ਕਰਕੇ ਟਿਕਟ ਲੈ ਲਓ, ਆਪਦੀ ਮਸ਼ੀਨ ਲੱਗੀ ਤਾਂ ਬੰਦਾ ਬੁੰਦਾ ਨਹੀਂ ਤੁਹਾਨੂੰ ਕੋਈ ਲੱਭਣਾ, ਅਤੇ ਪੇ ਕਰਕੇ ਟਿਕਟ ਡੈਸ਼ਬੋਰਡ 'ਤੇ ਲਾ ਦਿਓ ਆਪਦੀ ਅਤੇ ਨਿਕਲ ਜਾਓ ਅੰਦਰ। ਨੋਰਮਲੀ ਚੈੱਕ ਤਾਂ ਕੋਈ ਵੀ ਨਹੀਂ ਕਰਦਾ, ਜੇ ਨਹੀਂ ਵੀ ਲਓਗੇ ਤਾਂ ਕੋਈ ਗੱਲ ਨਹੀਂ, ਲੇਕਿਨ ਜਸਟ ਥੋੜ੍ਹੀ ਜਿਹੀ ਇਨਸਾਨੀਅਤ ਕਰਕੇ ਟਿਕਟ ਲੈ ਲਓ ਤਾਂ ਬੈਟਰ ਆ। ਹੁਣ ਲੈ ਲਈ ਅਸੀਂ ਡੈਸ਼ਬੋਰਡ 'ਤੇ ਰੱਖਤੀ ਆ ਆਪਦੀ ਟਿਕਟ, ਐਡਲਟ ਪਲੱਸ ਗੱਡੀ ਦੀ ਲਈ ਸੀ। ਹੁਣ ਅਸੀਂ ਅੰਦਰ ਜਾਂਦੇ ਹਾਂ, ਅੰਦਰ ਜਾ ਕੇ ਕੁਛ ਵਿਊ ਪੁਆਇੰਟਸ ਵਗੈਰਾ ਕਹਿੰਦੇ ਆ ਕਿ ਹੈਗੇ ਆ, ਵੇਖਦੇ ਹਾਂ ਕਿਹੜਾ ਵਿਊ ਵੇਖਦਾ ਸਾਨੂੰ, ਕਿਉਂਕਿ ਹੁਣ ਪੇ ਕਰਤਾ ਸੋ ਜਾਵਾਂਗੇ ਤਾਂ ਹੈ ਹੀ, ਜੇ ਫ੍ਰੀ ਹੁੰਦਾ ਫਿਰ ਭਾਵੇਂ ਇੱਥੋਂ ਮੁੜ ਜਾਂਦੇ। ਬਾਕੀ ਚਲੋ ਜਾ ਕੇ ਵੇਖਦੇ ਹਾਂ ਕੀ ਆ, ਦਿਖਾਉਂਦੇ ਤੁਹਾਨੂੰ ਅੱਗੇ, ਨਹੀਂ ਕੁਛ ਚੰਗਾ ਲੱਗਾ ਲੋਕੇਸ਼ਨ ਚੇਂਜ ਕਰਾਂਗੇ, ਕਿਤੇ ਹੋਰ ਜਾਵਾਂਗੇ। ਚਲੋ ਫਿਰ ਅੱਗੇ ਚੱਲਦੇ ਆ। ਉਹਦੇ ਸਾਰੀ ਮੈਪ ਲੱਭ ਜਾਣਾ, ਇੱਥੇ ਤੁਸੀਂ ਚੈੱਕ ਕਰ ਸਕਦੇ, ਇੱਥੇ ਤੁਸੀਂ ਹੈਗੇ ਜੇ, ਇੱਥੇ ਤੱਕ ਅਸੀਂ ਪਹਿਲਾਂ ਜਾਵਾਂਗੇ, ਵਿਊ ਚੰਗੇ ਲੱਗੇ ਫਿਰ ਇੱਥੋਂ ਤੱਕ ਵੀ ਜਾਵਾਂਗੇ, ਕਿਉਂਕਿ ਸਾਡੇ ਸਾਰਿਆਂ ਦੇ $50 ਲੱਗ ਗਏ ਆ। ਫਿਰ ਲੋਕੇਸ਼ਨ ਚੇਂਜ ਕਰਾਂਗੇ ਜੇ ਥੱਕ ਗਏ, ਅਤੇ ਫਿਰ ਤੁਹਾਨੂੰ ਗਾਂ ਜਾ ਕੇ ਦਿਖਾਵਾਂਗੇ ਕੀ ਬਣਦਾ। ਇਹਦੇ ਉੱਤੇ ਚੜ੍ਹ ਕੇ ਵੇਹਨੇ ਆ ਕਿ ਇੱਥੋਂ ਵਿਊ ਕਿਹੋ ਜਿਹਾ ਦਿਖੂਗਾ, ਪਰ ਤੁਰਨਾ ਬੜਾ ਪੈਣਾ ਯਾਰ। ਚਲੋ ਆ ਜਾਓ, ਚਲੋ ਚੱਲੀਏ ਉੱਤੇ। ਓਕੇ, ਇਹ ਵਿਚਲਾ ਚੈੱਕ ਪੁਆਇੰਟ ਆ ਅਤੇ
ਇੰਨਾ ਉੱਤੇ ਤਾਂ ਆ ਗਏ ਹਾਂ, ਹਾਲੇ ਆ ਦੋ ਕੁ ਫਲੋਰ ਹੋਰ ਨੇ ਬਸ, ਮੇ ਬੀ ਜਿਹੜਾ ਟੋਪ ਮੋਸਟ ਵਿਊ ਆ, ਜਾ ਕੇ ਵਹਿੰਦੇ ਹਾਂ ਕੀ ਲੱਭਦਾ ਉਹ। ਬਾਕੀ ਕਮਿਊਨਿਟੀ ਸੈਂਟਰ ਇਹਨਾਂ ਦਾ, ਜੇ ਕੋਈ ਜਾਣਕਾਰੀ ਲੈਣੀ ਹੋਵੇ ਤੁਹਾਨੂੰ ਟੋਬਰ ਮੋਰੀ ਬਾਰੇ ਤਾਂ ਤੁਸੀਂ ਲੈ ਸਕਦੇ ਜੇ। ਅਤੇ ਹੈਗਾ ਜਾਲ ਹੀ ਆ ਸਾਰਾ ਥੱਲੇ ਤੱਕ, ਬਾਕੀ ਠੀਕ ਆ। ਸੇਫਟੀ ਤਾਂ ਮੈਨੂੰ ਲੱਗਣ ਨਹੀਂ ਡਈ ਆ, ਇੰਨੇ ਤਾਂ ਸਰੀਏ ਸੁਰੀਏ ਲਾਏ ਆ। ਹੁਣ ਹੁਣ ਲੈਟਸ ਗੋ ਟੋਪ ਜਾ ਕੇ। ਇਹ ਵਿਊ ਹੈ ਚਾਰੇ ਬੰਨੇ, ਅਤੇ ਜਾਵਾਂਗੇ ਜਾਂ ਤਾਂ ਇਸ ਕੋਨੇ 'ਚ ਜਾਂ ਉਸ ਕੋਨੇ ਜਾਂ ਕਿਸੇ ਨਾ ਕਿਸੇ ਕੋਨੇ 'ਚ ਤਾਂ ਜਾਵਾਂਗੇ, ਕੁਛ ਨਾ ਕੁਛ ਤਾਂ ਕਰਾਂਗੇ ਜਾ ਕੇ। ਪਹਿਲਾ ਵਰਥ ਇਟ ਵਿਊ ਜਿਹੜਾ ਮੈਨੂੰ ਲੱਭਾ ਇੱਥੇ ਆ ਕੇ ਆਲਮੋਸਟ 1 ਕਿਲੋਮੀਟਰ ਜਾਂ 1.5 ਕਿਲੋਮੀਟਰ ਤੁਰਨ ਤੋਂ ਬਾਅਦ ਉਹ ਆ ਇਹ ਦੇਖ ਲਓ ਬਾਈ। ਸੋ ਉੱਥੋਂ ਹੀ ਨਿਕਲ ਆਇਆ ਅਸੀਂ, ਇੱਕ ਦੂਜਾ ਬੋਟ ਟੂਰਸ ਵੇਖੇ ਆ ਸਰਚ ਕਰਕੇ ਨੀਅਰ ਬਾਏ, ਬਿਕੋਜ਼ ਸਾਨੂੰ ਜ਼ਿਆਦਾ ਪਤਾ ਨਹੀਂ ਹੈਗਾ ਏਰੀਆ ਬਾਰੇ। ਸੋ ਆਪਣੇ ਆਪ ਗਾਈਡਡ ਟੂਰਸ ਹੈਗੇ, ਗਾਈਡ ਤੁਹਾਡੇ ਨਾਲ ਜਾਊਗਾ, 2-3 ਡੈਸਟੀਨੇਸ਼ਨ ਤੁਹਾਨੂੰ ਕਵਰ ਕਰਾ ਕੇ ਆਊਗਾ। ਸੋ ਆਪਾਂ ਉੱਥੇ ਜਾਂਦੇ ਹਾਂ, ਵਹਿੰਦੇ ਹਾਂ ਕਿੱਦਾਂ ਕਿੱਦਾਂ ਸਾਰਾ ਕੁਛ ਹੈਗਾ ਵਾ, ਬਟ ਉਸ ਤੋਂ ਪਹਿਲਾਂ ਭੁੱਖ ਲੱਗੀ ਸੀ, ਰੈਸਟੋਰੈਂਟ ਵਗੈਰਾ ਸਰਚ ਕੀਤੇ। ਸੋ ਇੱਕ ਆਇਆ ਲਾਸਟ ਟੂ ਲਾਸਟ ਕਰਕੇ, ਅਤੇ ਬਟ ਇਹ ਮੈਕਸੀਕਨ ਫੂਡ ਆ ਸਾਰਾ ਗਾਂ ਹੀ, ਹੋਰ ਦੋ ਚੈੱਕ ਕੀਤੇ ਸਾਰੇ ਇਟੈਲੀਅਨ ਅਤੇ ਮੈਕਸੀਕਨਸ ਹੀ ਆ ਇੱਥੇ। ਸੋ ਜਿਹੜੇ ਲੋਕ ਵੈਜ ਆ ਉਹਨਾਂ ਲਈ ਮੇ ਬੀ ਥੋੜ੍ਹੀ ਜਿਹੀ ਦਿੱਕਤ ਹੋ ਜਾਵੇ, ਜਿੱਦਾਂ ਕਿ ਮੈਂ ਹਾਂ। ਸੋ ਬਟ ਇਹ ਇੱਕ ਮਸ਼ੀਨ ਆ ਪੀਜ਼ਾ ਫੋਰਮੋ ਕਰਕੇ, ਅਤੇ ਇੱਥੋਂ ਪੀਜ਼ਾ ਬਣਾਉਂਦੇ ਹਾਂ, ਖਾਂਦੇ ਹਾਂ, ਆਪਦਾ ਟੂਰ ਕੰਪਲੀਟ ਕਰਦੇ ਹਾਂ, ਫਿਰ ਕਿਸੇ ਬੀਚ 'ਤੇ ਜਾਂਦੇ। ਓਕੇ, ਸੋ ਪੀਜ਼ਾ ਆਪਾਂ ਇਸ ਮਸ਼ੀਨ ਤੋਂ ਕੱਢਾਂਗੇ। ਪਹਿਲਾਂ ਆਪਾਂ ਕਾਹਦੇ ਕਰਦੇ ਟੱਚ, ਇਹਨਾਂ 'ਚੋਂ ਕਿਹੜਾ ਲੈਣਾ, ਲਿਮਿਟਿਡ ਆਪਸ਼ਨਸ ਆ। ਵੈਜੀਟੇਰੀਅਨ ਅਸੀਂ ਇੱਕ ਲੈ ਲਿਆ ਵਾ, ਬਟ ਆਮ ਥਿੰਕਿੰਗ ਹੁਣ ਆਪਾਂ ਆਹ ਲੈ ਕੇ ਬਹਿੰਦੇ ਹਾਂ, ਕਿਹਨੂੰ ਕਹੀਦਾ, ਵੇਅਰ ਇਟ ਇਜ਼, 4 ਚੀਜ਼ ਬਲੈਂਡ। ਉਸ ਤੋਂ ਇਹ ਦੱਸ ਦੂਗਾ ਕਿ ਇਹਦੇ 'ਚ ਕੀ ਕੀ ਚੀਜ਼ਾਂ ਐਡ ਹੋਣ ਵਾਲੀਆਂ ਨੇ। ਆਪਸ਼ਨ ਹੈਗੇ ਆ ਟੇਕ ਐਨ ਬੇਕ ਐਂਡ ਹੋਟ ਪੀਜ਼ਾ। ਟੇਕ ਐਨ ਬੇਕ ਤੁਹਾਨੂੰ ਰੈਡੀ ਕਰਕੇ ਦੇ ਦੇਗਾ, ਘਰ ਜਾਓ ਆਪਣਾ ਜਾ ਕੇ ਇਹਨੂੰ ਬੇਕ ਕਰੋ ਅਤੇ ਖਾ ਲਓ। ਹੋਟ ਪੀਜ਼ਾ ਤੁਹਾਨੂੰ ਹੁਣੇ ਦਊਗਾ, ਐਡ ਕਰ ਦਿਉ ਵਾਰਨਿੰਗ ਕਿ ਟਿਕਟਾਂ ਸਿਰਫ ਤੁਹਾਨੂੰ ਤੁਹਾਡੀ ਮੇਲ 'ਤੇ ਆਊਗੀ। ਲੈਟਸ ਕੰਟੀਨਿਊ। ਉਸ ਤੋਂ ਬਾਅਦ ਇੱਥੇ ਲੈ ਕੇ ਆ ਗਿਆ ਟੋਟਲ ਪੈਸੇ, ਕਨਫਰਮ ਕੰਟੀਨਿਊ ਵਿਦ ਲੋਇਲਟੀ ਪ੍ਰੋਗਰਾਮ ਹਰ ਪੀਜ਼ਾ। ਓਕੇ, ਇਗਨੋਰ ਕਰ ਦਿਉ ਇਹਨੂੰ। ਉਸ ਤੋਂ ਬਾਅਦ ਇਹ ਕਹਿੰਦਾ ਵਾ ਪ੍ਰੋਸੀਡ ਟੂ ਪਿਨ ਪੈਡ। ਓਕੇ, ਆ ਸਾਈਡ 'ਤੇ ਲੱਗਾ ਪੇ ਕਰਨ ਵਾਸਤੇ। ਓਕੇ, ਆਪਾਂ ਇਹਨੂੰ ਪੇ ਕਰਦੇ ਹਾਂ। ਰਾਈਟ, ਟੈਪ ਕਰਤਾ ਆ, ਇੱਥੇ ਲਿਖਿਆ ਆ ਗਿਆ ਕਨਫਰਮੇਸ਼ਨ ਤੁਹਾਡੇ ਮੇਲ 'ਤੇ ਜਾਊਗੀ, ਅਸੀਂ ਲਿਖ ਦਾਂਗੇ ਸੈਂਡ ਬਾਏ ਐਨ ਈਮੇਲ। ਇੱਥੇ ਆਪਣੀ ਈਮੇਲ ਫਿਲ ਕਰ ਦਿਉ। ਮੇਰੀ ਮੇਲ ਆਈ ਡੀ ਵੀ ਵੇਖ ਲਓ ਗਾਂਹ ਤੋਂ, ਜੇ ਮੈਨੂੰ ਕੁਛ ਮੇਲ ਕਰਨਾ ਹੋਇਆ ਮੈਨੂੰ ਇਹਦੇ 'ਤੇ ਮੇਲ ਕਰ ਦਿਆ ਕਰਿਓ। ਓਕੇ, ਕਨਫਰਮ ਯੋਰ ਓਪੀਨੀਅਨ ਫਲਾਣਾ 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 ਫਲਾਣਾ, ਮੈਂ ਮੂਡ 'ਚ ਨਹੀਂ ਹੈਗਾ ਆਨਸਰ ਦੇਣ ਦੇ, ਥੈਂਕ ਯੂ, ਕੰਟੀਨਿਊ ਜੀ। ਓਕੇ, ਸੋ ਇੱਥੇ ਥੱਲੇ ਲਿਖਿਆ ਆ ਗਿਆ ਯੋਰ ਫੂਡ ਚੀਜ਼ ਪਲੈਨ ਇਜ਼ ਔਨ ਇਟਸ ਵੇ। ਆ ਲੋਡਿੰਗ ਹੁੰਦੀ ਜਦੋਂ ਇੱਥੋਂ ਤੱਕ ਹੋ ਗਈ ਆਪਣਾ ਪੀਜ਼ਾ, ਇੱਥੋਂ ਬਾਹਰ ਆ ਜਾਏਗਾ। ਇੱਥੇ ਆ ਗਿਆ ਕਲੈਕਟ ਔਰ ਪੀਜ਼ਾ, ਅਤੇ ਜੀ ਆਪਣਾ ਪੀਜ਼ਾ ਬਾਹਰ ਆ ਜੀ। ਠੀਕ ਹੈ ਜੀ ਗਾਈਜ਼, ਫਿਰ ਖਾ ਪੀ ਲਿਆ ਆਪਾਂ ਆ ਗਏ ਹਾਂ ਕਰੂਜ਼ ਟੂਰ ਲਈ। ਔਨਲਾਈਨ ਚੈੱਕ ਕਰਨਾ, ਇੱਥੇ ਬਹੁਤ ਸਾਰੀਆਂ ਕੰਪਨੀਆਂ ਨੇ ਜਿਨ੍ਹਾਂ ਦੇ ਕਰੂਜ਼ ਟੂਰਸ ਤੁਹਾਨੂੰ ਲੱਭ ਜਾਣਗੇ, ਅਤੇ ਸਾਰਿਆਂ ਦਾ ਸੇਮ ਹੀ ਆ ਕਿ ਹਾਂ ਆਲਮੋਸਟ ਸੇਮ ਜਿਹਾ ਹੀ ਰਾਊਟ ਆ। ਇੱਥੇ ਗਰੋਟੋ ਆਈਲੈਂਡ ਆ, ਫਲਾਵਰ ਪੋਟਸ ਆ, ਸ਼ਿਪ ਰੈਕਸ ਆ, ਉਹ ਸਭ ਦਿਖਾਉਣਾ ਇਹਨਾਂ ਨੇ। ਮੋਸਟਲੀ ਜਿਹੜੀ ਬੋਟਸ ਆ 80-90% ਜਿਹੜੀ ਬੋਟਸ ਆ ਸਾਰਿਆਂ ਥੱਲੇ ਗਲਾਸ ਬੋਟਮ ਆ, ਤੁਸੀਂ ਥੱਲੇ ਪਾਣੀ 'ਤੇ ਵੇਖ ਸਕਦੇ ਜੇ। ਬਿਕੋਜ਼ ਜਿਹੜੇ ਸ਼ਿਪ ਰੈਕਸ ਆ ਬੇਸਿਕਲੀ ਇਹ ਪੁਰਾਣੇ ਸ਼ਿਪ ਆ ਜਿਹੜੇ ਪਾਣੀ ਦੇ ਵਿੱਚ ਨੱਪੇ ਗਏ ਥੱਲੇ, ਅਤੇ ਉਹੀ ਜੰਗਾਲ ਜੰਗੂਲ ਲੱਗ ਗਿਆ ਉਹਨਾਂ ਨੂੰ, ਅਤੇ ਬਟ ਤੁਸੀਂ ਉਹਨਾਂ ਨੂੰ ਉੱਤੋਂ ਦੇਖ ਸਕਦੇ ਜੇ। ਕਾਫੀ ਹਿਊਜ ਸ਼ਿਪਸ ਨੇ, ਅਤੇ ਆਲਮੋਸਟ 20 ਦੇ ਅਰਾਊਂਡ ਸ਼ਿਪਸ ਹੈਗੇ ਆ ਇੱਥੇ ਟੋਬਰ ਮੋਰੀ ਦੇ ਪਾਣੀ 'ਚ ਜਿਹੜੇ ਤੁਹਾਨੂੰ ਦੇਖ ਜਾਣਗੇ।
ਸੋ ਅਸੀਂ ਜਿਹੜਾ ਟੂਰ ਲਿਆ ਇਹ ਆ ਬਲੂ ਹੈਰਨ ਕਰੂਸਿਸ ਤੋਂ, ਕਿਉਂਕਿ ਬਾਕੀਆਂ ਦੀ ਆਲਮੋਸਟ ਅਵੇਲੇਬਿਲਿਟੀ ਨਹੀਂ ਮਿਲਣ ਡੇ ਮੈਨੂੰ, ਇਹਨਾਂ ਦੀ ਮਿਲ ਗਈ. ਯਾ ਆਈ ਐਮ ਹੇਅਰ, ਦੇਅਰ ਯੂ ਗੋ, ਦੈਟਸ ਆਲ, ਥੈਂਕ ਯੂ. ਸੋ ਆਹ ਟਿਕਟ ਤੁਹਾਨੂੰ ਮਿਲੀ ਚਾਰ ਬੰਦਿਆਂ ਦੀ, ਆਲਮੋਸਟ ਆਈ ਗੈਸ $248 ਸਮਥਿੰਗ ਪੇ ਕੀਤੇ ਸੀ ਚਾਰ ਜਾਣਿਆਂ ਦੇ, ਪਰ ਪਰਸਨ $62 ਆ ਟੈਕਸ ਇੰਕਲੂਡਿਡ. ਅਤੇ ਇਹਦੇ 'ਚ ਸਾਨੂੰ 90 ਮਿੰਟਸ ਮਤਲਬ ਡੇਢ ਘੰਟਾ ਪਾਣੀ ਦੇ ਵਿੱਚ ਰੱਖਣਗੇ. ਤਿੰਨ ਚਾਰ ਚੀਜ਼ਾਂ ਜਿਹੜੀਆਂ ਮੈਂ ਦੱਸੀਆਂ, ਸ਼ਿਪਰੈਕਸ ਹੋ ਗਿਆ, ਫਲਾਵਰ ਪੋਟ ਆਈਲੈਂਡ ਹੋ ਗਿਆ, ਗਰੋਟੋ ਆਈਲੈਂਡ ਹੋ ਗਿਆ, ਇਹ ਸਭ ਇਹ ਸਾਨੂੰ ਦਿਖਾਉਣਗੇ. ਸੋ ਅਸੀਂ ਸਿਰਫ ਬੋਟ ਦੇ ਉੱਤੇ ਰਹਾਂਗੇ, ਬੋਟ ਤੋਂ ਉਤਰਨਾ ਨਹੀਂ ਹੈਗਾ. ਅਤੇ ਬਹੁਤ ਲੰਬੀ ਲਾਈਨ ਆ ਹਾਲੇ ਸਾਡੇ ਅੱਗੇ, ਇਹਨਾਂ ਨੇ ਬੋਰਡਿੰਗ ਸ਼ੁਰੂ ਕਰਨੀ ਹੈ ਹੁਣ 5-10 ਮਿੰਟ 'ਚ, ਅਤੇ 15-20 ਮਿੰਟ 'ਚ ਆਪਾਂ ਇੱਥੋਂ ਤੁਰ ਪਾਂਗੇ. ਫਿਰ ਅੱਗੇ ਜਾ ਕੇ ਕੀ ਵਿਊਜ਼ ਦੇਖਦੇ ਆ ਸਾਨੂੰ, ਉਹ ਮੈਂ ਤੁਹਾਨੂੰ ਗਾਂ ਜਾ ਕੇ ਦੇਖੂੰਗਾ. ਆਹ ਵੇਖੋ ਗਾਇਜ਼, ਅਸੀਂ ਲਾਈਨ 'ਚ ਲੱਗੇ ਹਾਂ, ਅਤੇ ਸਾਡਾ ਇੱਕ ਬੰਦਾ ਜਿਹਦੇ ਮੰਨਦੇ ਨਹੀਂ ਸਾਡੀ ਗਲਾ, ਵੇਖੋ ਇਹਦੀ ਐਨਕਾਂ ਚੈੱਕ ਕਰਿਓ. ਮੋਟੇ ਮੂੰਹ ਥੱਲੇ ਕਰੀ, ਮੂੰਹ ਥੱਲੇ 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 ਕਰ, ਥੱਲੇ ਕਰ. ਆਹ ਵੇਖੋ, ਇਹਦਾ ਪਤਾ ਨਹੀਂ ਕੈਮਰਾ ਜਸਟੀਫਾਈ ਕਰਦਾ ਕਿ ਨਹੀਂ, ਲੇਕਿਨ ਇਹਦਾ ਇੱਕ ਲੈਂਸ ਘੱਟ ਸ਼ੇਡਿਡ ਆ, ਇੱਕ ਲੈਂਸ ਵੱਧ ਸ਼ੇਡਿਡ ਆ, ਲੇਕਿਨ ਇਹ ਮੰਨਦਾ ਨਹੀਂ ਸਾਡੀ ਗੱਲ. ਡੇਢ ਦੋ ਸਾਲ ਤੋਂ ਪਹਿਲਾਂ ਦੇ ਨਹੀਂ ਹੁੰਦੇ. ਓਕੇ ਜੀ, ਬੋਰਡ ਹੋ ਗਏ ਆ ਅਸੀਂ ਸਾਰੇ, ਸ਼ਿਪ ਦੇ ਉੱਤੇ ਚੜ ਗਏ ਆ ਹੁਣ. ਕੁਛ ਨਹੀਂ ਪਤਾ ਕਿੱਥੇ, ਪਹਿਲਾਂ ਬਹੁਤ ਔਖਾ ਡਿਸਾਈਡ ਹੋਇਆ ਕਿ ਅਸੀਂ ਥੱਲੇ ਬਹਿਣਾ ਕਿ ਉੱਤੇ ਖਲੋਣਾ, ਕਿਉਂਕਿ ਥੱਲੇ ਪਲੱਸ ਪੁਆਇੰਟ ਇਹ ਆ ਕਿ ਥੱਲੇ ਜਿਹੜਾ ਬੋਟਮ ਹੈ ਉਹ ਗਲਾਸ ਦਾ ਆ, ਉੱਥੋਂ ਤੁਹਾਨੂੰ ਪਾਣੀ ਦੇ ਥੱਲੇ ਦੇਖਦਾ ਰਹੂਗਾ ਸਾਰਾ ਕੁਛ, ਅਤੇ ਉੱਥੇ ਦਾ ਪਲੱਸ ਪੁਆਇੰਟ ਇਹ ਆ ਕਿ ਉੱਤੋਂ ਵਿਊਜ਼ ਵਧੀਆ ਦਿਖਣਗੇ. ਭਾਈ ਬਹੁਤ ਬੈਸਟ ਹੈ, ਫਿਰ ਮੁੜ ਕੇ ਡਿਸਾਈਡ ਇਹ ਹੋਇਆ ਕਿ ਉੱਤੇ ਖਲੋਵਾਂਗੇ. ਹੁਣ ਇੱਥੋਂ ਗਾਂ ਵੇਖੋ ਕੀ ਦੇਖਦਾ, ਕਿਉਂਕਿ ਡੇਢ ਘੰਟਾ ਹਲੇ ਇੱਥੇ ਹੀ ਰਹਿਣਾ ਵਾ. ਕਿਸ਼ਤੀ ਸਾਡੀ ਤੁਰ ਪਈ ਆ, ਤੇ ਮੇਰੇ ਪਿੱਛੇ ਤੁਹਾਨੂੰ ਕਰੂਜ਼ ਦਿਖ ਲਿਆ ਹੋਣਾ, ਬਹੁਤ ਵੱਡਾ ਆ. ਇਹਦੇ 'ਚ ਹਲੇ ਉਹਦਾ ਮੂਹ ਇੱਥੇ ਚੁੱਕਿਆ ਹੋਇਆ ਕਿ ਉਹਨਾਂ ਨੇ, ਕਿਉਂਕਿ ਉਹਦੇ 'ਚੋਂ ਅਨਲੋਡਿੰਗ ਹੋਣ ਡਈ ਗੱਡੀਆਂ ਦੀ. ਇਹ ਜਿਹੜੀ ਹੈ ਇਹ ਯੂਜ਼ ਹੁੰਦੀ ਹੈ USA ਤੋਂ ਆਉਣ ਜਾਣ ਵਾਸਤੇ, ਜਿਹੜੇ ਜਿਹੜੇ ਲੋਕ ਰੋਜ਼ USA ਤੋਂ ਇੱਧਰ ਟਰੈਵਲ ਕਰ ਰਹੇ ਆ, ਇੱਥੋਂ USA ਟਰੈਵਲ ਕਰ ਰਹੇ ਆ ਵਿਦ ਦੇਅਰ ਓਨ ਵਹੀਕਲਸ, ਉਹ ਜਾ ਸਕਦੇ ਆ, ਕਿਉਂਕਿ ਇਹਦੇ ਥੱਲੇ ਜਿੰਨਾ ਵੀ ਉਹ ਸਾਰਾ ਕਾਰਗੋ ਏਰੀਆ ਅਤੇ ਤੁਸੀਂ ਆਪਣੀ ਗੱਡੀਆਂ ਰੱਖਣੀਆਂ, ਅਤੇ ਟੋਪ 'ਤੇ ਤੁਸੀਂ ਆਪ ਟਰੈਵਲ ਕਰੋਗੇ. ਸੋ ਉਹਨੇ ਜਿਵੇਂ USA ਤੋਂ ਆਇਆ ਹੋਊਗਾ, ਗੱਡੀਆਂ ਅਨਲੋਡ ਹੋ ਰਹੀਆਂ ਨੇ, ਅਨਲੋਡ ਹੋਣ ਤੋਂ ਇੱਧਰ ਵਾਲੇ ਲੋਕ ਬਹਿ ਜਾਣਗੇ ਅਤੇ ਵਾਪਸ ਚਲ ਜਾਏਗਾ. USA ਤੋਂ ਜ਼ਿਆਦਾ ਦੂਰ ਨਹੀਂ ਹੈਗਾ, ਮੇ ਵੀ ਤੁਹਾਨੂੰ ਇਹ 'ਚ ਲਾ ਦੇਈਏ, ਲੇਕਿਨ ਮੇਰੇ ਪਿੱਛੇ ਇਸ ਸਾਈਡ 'ਤੇ ਜਿਹੜੇ ਆਈਲੈਂਡਸ ਨੇ ਇਹ ਸਾਰੇ USA ਦੇ ਆ. ਬਾਕੀ ਅੱਗੇ ਅੱਗੇ ਜਦੋਂ ਤੁਹਾਨੂੰ ਦੇਖਦਾ ਜਾਊਗਾ ਤੁਹਾਨੂੰ ਬਤਾ. ਇਹ ਆਪਣੇ ਜਿਹੜਾ ਟੋਪ 'ਤੇ ਹੀ ਇਹ ਉਹਦਾ ਇੰਟੀਰੀਅਰ ਆ ਥੱਲੋਂ, ਅਤੇ ਇੱਥੇ ਜੇ ਤੁਸੀਂ ਦੇਖਣਾ ਚਾਹੋ ਥੱਲੇ ਪਿਓਰ ਨੀਲਾ ਇਸ ਟਾਈਮ ਸਾਨੂੰ ਦਿਖਣ ਡਿਆ ਵਾ, ਅਤੇ ਆਹ ਜਿਹੜਾ ਥੱਲੇ ਨੀਲਾ ਨੀਲਾ ਹਿੱਸਾ ਦਿਖਣ ਡਿਆ, ਇਹ ਸਾਰਾ ਪਾਣੀ ਹੈ. ਹਲੇ ਤਾਂ ਨਹੀਂ ਕੁਛ ਦਿਖਣ ਡਿਆ ਕਿਉਂਕਿ ਥੱਲੇ ਮੇ ਵੀ ਕੁਛ ਹੈ ਨਹੀਂ, ਜਾਂ ਮੈਨੂੰ ਨਹੀਂ ਪਤਾ ਲਾਈਕ ਕੀ ਆ. ਇਹ ਵੀ ਅੱਗੇ ਜਾ ਕੇ ਕੁਛ ਨਾ ਕੁਛ ਜਦੋਂ ਦਿਖੂਗਾ ਉਦੋਂ ਤੁਹਾਨੂੰ ਅਸੀਂ ਦਿਖਾਵਾਂਗੇ. ਇੱਥੋਂ ਆਹ ਦੇਖ ਲਓ, ਇਹ ਆਪਣੀਆਂ ਜਿਵੇਂ ਇੰਡੀਆ ਰੋਡਵੇਜ਼ ਦੀਆਂ ਬੱਸਾਂ 'ਚ ਬਾਰੀ ਹੁੰਦੀਆਂ ਨੇ, ਇੱਥੇ ਵੀ ਬਾਰੀਆਂ ਲੱਗੀਆਂ ਨੇ, ਸੀਟਾਂ ਨੇ, ਪਾਓ ਬਾਹਰ ਦੇ ਨਜ਼ਾਰੇ ਲਓ, ਆ ਲਓ. ਓਕੇ ਗਾਈਜ਼, ਸੋ ਇਹ ਆਪਣੇ ਬੋਰਡ ਦਾ ਫਰੰਟ ਆ, ਉਹ ਜਿਹੜਾ ਸਭ ਤੋਂ ਪਹਿਲਾਂ ਆਇਆ ਉਹਨੇ ਸਭ ਤੋਂ ਅੱਗੇ ਥਾਂ ਲੈ ਲਈ ਆ, ਹੁਣ ਉਹਨੇ ਹਟਣਾ ਨਹੀਂ ਇੱਥੋਂ, ਅਦਰਵਾਈਜ਼ ਠੀਕ ਆ. ਉਹ ਲੋਕੇਸ਼ਨ ਸਭ ਤੋਂ ਬੈਸਟ ਹੈ, ਜਿਹੜਾ ਸਭ ਤੋਂ ਅੱਗੇ ਬੰਦਾ ਮਲ ਕੇ ਬੈਠਾ ਉਹਨੇ ਛੱਡਣਾ ਨਹੀਂ ਥਾਂ, ਸੋ ਛੱਡ ਦਿਓ, ਆਪਾਂ ਉੱਥੇ ਉੱਤੇ ਹੀ ਚੱਲਦੇ ਹਾਂ. ਆਪਾਂ ਆ ਗਏ ਹਾਂ ਫਲਾਵਰ ਪੋਟ ਆਈਲੈਂਡ ਦੇ ਉੱਤੇ, ਇੱਥੇ ਤੁਹਾਨੂੰ ਜਨਤਾ ਦਿਖੂਗੀ. ਕੁਛ ਟ੍ਰੇਲਸ ਹੈਗੀਆਂ ਨੇ ਜਿਹੜੀਆਂ ਇੱਥੇ ਤੱਕ ਆਉਂਦੀਆਂ ਨੇ, ਪਲੱਸ ਜਿੱਥੇ ਅਸੀਂ ਹਾਂ ਇਹ ਕਿਤੇ ਸਟੇਅ ਨਹੀਂ ਕਰੂਗੀ ਬੋਟ, ਇਹ ਤੁਹਾਨੂੰ ਡੇਢ ਘੰਟਾ ਕੰਟੀਨਿਊਸ ਘੁਮਾਊਗੀ.
ਲੇਕਿਨ ਕੁਛ ਬੋਟਸ ਹੁੰਦੀਆਂ ਨੇ ਜੋ ਇੱਥੇ ਤੁਹਾਨੂੰ ਡਰੋਪ ਕਰਕੇ ਜਾਣਗੀਆਂ, ਤੁਸੀਂ ਇੱਥੇ ਫਨ ਕਰੋ ਜਦੋਂ ਤੱਕ ਨੈਕਸਟ ਬੋਟ ਨਹੀਂ ਆਉਂਦੀ, ਐਂਡ ਦੈਨ ਉਹ ਤੁਹਾਨੂੰ ਪਿੱਕ ਕਰਕੇ ਵਾਪਸ ਲੈ ਜਾਏਗੀ। ਇਹਨੂੰ ਫਲਾਵਰ ਪੋਟ ਆਈਲੈਂਡ ਇਸ ਕਰਕੇ ਕਹਿੰਦੇ ਆ ਕਿਉਂਕਿ the large one here stands at 45 feet tall and the smaller one in the back stands closer to 25 feet tall. Because ਇਹਦੇ ਕਰਕੇ ਇਹਨੂੰ ਕਹਿੰਦੇ ਆ ਫਲਾਵਰ ਪੋਟ, ਇਹਦੇ ਕਰਕੇ as there once part of the cliff face that now stands behind them. ਸੋ ਇਹ ਆ ਲਾਈਟ ਹਾਊਸ ਜਿਹੜਾ ਦੱਸਦਾ ਕਿ 1800 ਕੁਛ ਸਦੀ ਦਾ ਬਣਿਆ ਆ, ਅਤੇ ਜਦੋਂ ਇਹ ਬਣਿਆ ਸੀ ਉਦੋਂ ਇਹਦੀ ਕੋਸਟ ਮੇਰੀ 600 ਸਮਥਿੰਗ ਡਾਲਰ ਆਈ ਸੀ ਸਿਰਫ, ਅਤੇ ਅੱਜ ਦੇ ਟਾਈਮ 'ਤੇ ਚਲੋ ਵੈਲਿਊ ਜ਼ਿਆਦਾ ਹੋਊਗੀ, ਲੇਕਿਨ ਉਸ ਟਾਈਮ ਦੇ ਪਾਸੇ 600 ਸਮਥਿੰਗ ਡਾਲਰ ਦਾ ਬਣਿਆ ਸੀ। ਓਕੇ ਗਾਈਜ਼, ਇੱਥੇ ਲੈ ਕੇ ਤੁਹਾਨੂੰ ਕੁਛ ਦੇਖ ਰਿਹਾ ਅਤੇ ਸ਼ਿਪ ਆ ਪੂਰਾ, ਐਂਡ ਡਰਾਈਵ ਕਿਸੇ ਹੋਰ ਐਂਗਲ ਤੋਂ ਦੇਖ ਸਕਿਆ ਮੈਂ ਦਿਖਾਊਂਗਾ, ਬਟ ਇਹ ਪਿਓਰਲੀ ਪੂਰਾ ਪੂਰਾ ਸ਼ਿਪ ਜਿਹੜਾ ਬਣ ਕੇ ਵਿੱਚ ਆ। ਕਰੂਜ਼ ਵਾਲਾ ਸਿਸਟਮ ਦਾ ਖਤਮ ਕਰਕੇ ਆ ਗਏ ਸੀ, ਉਹ ਤੋਂ ਬਾਅਦ ਕੋਈ ਬੀਚ ਲੱਭਣਾ, ਇੱਥੇ ਮੇਜਰ ਦੋ ਤਿੰਨ ਬੀਚ ਹੈਗੇ ਜਿੱਦਾਂ ਸਿੰਗਿੰਗ ਕਰਕੇ ਸਮਥਿੰਗ ਨਾਮ ਆ, ਲੇਕਿਨ ਅਸੀਂ ਗਏ ਸਾਰੇ ਬੰਨੇ ਅਤੇ ਸਾਰਿਆਂ ਦੀ ਪਾਰਕਿੰਗ ਸਪੋਟ ਸੀ ਫੁੱਲ। ਸੋ ਵੀ ਡਿਸਾਈਡਡ ਕਿ ਇਹ ਟ੍ਰੇਲ ਦੇ ਲਾਗੇ ਲਾਗੇ ਜਿਵੇਂ ਸਾਰੇ ਪੱਥਰ ਵਾਲੇ ਏਰੀਆਜ਼ ਨੇ, ਆਪਾਂ ਇੱਥੇ ਹੀ ਨਾਵਾਂਗੇ ਇਹਦੇ ਵਿੱਚ ਵੜ ਕੇ। ਸੋ ਥੋੜ੍ਹਾ ਬਹੁਤ ਫਨ ਕਰਦੇ ਹਾਂ, ਮੇ ਬੀ ਅੰਟਿਲ ਸਨਸੈਟ, ਅਤੇ ਮੁੜ ਕੇ ਤੁਹਾਨੂੰ ਅੱਗੇ ਦਿਖਾਉਂਦੇ ਹਾਂ। ਸੋ ਓਕੇ ਮਿੱਤਰੋ, ਨਹਾ ਧੋ ਕੇ ਅਸੀਂ ਹੋ ਗਏ ਵਿਹਲੇ, ਸਾਡਾ ਪਲੈਨ ਸੀ ਇੱਥੇ ਸਨਸੈਟ ਤੱਕ ਸਟੇਅ ਕਰਨ ਦਾ, ਲੇਕਿਨ ਜੇ ਅਸੀਂ ਸਨਸੈਟ ਤੱਕ ਇੱਥੇ ਸਟੇਅ ਕੀਤਾ ਸਾਨੂੰ ਵੱਜ ਜਾਣੇ 7:15 7:30, ਫਿਰ ਸਾਨੂੰ 3:30 ਘੰਟੇ ਵਾਪਸ ਜਾਂਦੇ ਲੱਗਣੇ ਅਤੇ ਸਵੇਰੇ ਸਾਡਾ ਸਾਰਿਆਂ ਦਾ ਕੰਮ ਆ। ਸੋ ਹੁਣ ਅਸੀਂ ਕੀ ਕਰਦੇ ਹਾਂ, ਆਪਾਂ ਇੱਥੋਂ ਚੱਲਦੇ ਹਾਂ, ਰਾਜ ਇੱਕ ਲੋਕੇਸ਼ਨ ਪੈਂਦੀ ਹੈ ਲਾਇਨਸ ਹੈਡ, ਕੁਝ ਖਾਂਦੇ ਪੀਂਦੇ ਹਾਂ, ਅਤੇ ਲਾਇਨਸ ਹੈਡ 'ਤੇ ਆਪਾਂ ਸਨਸੈਟ ਵੇਖ ਲਾਂਗੇ, ਇੱਥੋਂ ਘੰਟੇ ਦਾ ਰਾਹ ਵਾ, ਫਿਰ ਉਸ ਤੋਂ ਬਾਅਦ ਸਾਨੂੰ ਸਾਡਾ ਘਰ ਪਿੱਛੋਂ ਕੁਛ 1.5-2 ਘੰਟੇ ਰਹਿ ਜੂਗਾ, ਸੋ ਅਸੀਂ ਟਾਈਮ ਸਿਰ ਘਰ ਪਹੁੰਚ ਜਾਂਗੇ। ਚਲੋ ਅੱਗੇ ਦਿਖਾਉਂਦੇ ਹਾਂ। ਓਕੇ ਗਾਈਜ਼, ਸੋ ਰਾਤੀ ਆਪਾਂ ਆ ਗਏ ਸੀ ਘਰ, ਐਂਡ ਐਸ ਆਈ ਟੋਲਡ ਯੂ ਆਪਾਂ ਰਾਤ 'ਚ ਸਟੇਅ ਕਰਾਂਗੇ ਲਾਇਨਸ ਹੈਡ। ਅਸੀਂ ਗਏ ਉੱਥੇ, ਅਸੀਂ ਟ੍ਰੇਲ ਚੈੱਕ ਕੀਤੀ, ਬਟ ਉਹ ਟ੍ਰੇਲ ਵੀ 5-6 ਕਿਲੋਮੀਟਰ ਦੀ ਸੀ, ਅਤੇ ਸਾਡੀ ਵਾਹ ਨਹੀਂ ਹਲੇ, ਅਸੀਂ ਇੰਨਾ ਤੁਰ ਲਈਏ ਦੁਬਾਰਾ। ਸੋ ਅਸੀਂ ਵਾਪਸ ਸਿੱਧਾ ਬ੍ਰੈਂਪਟਨ ਆਏ, ਰਾਤੀ ਰੋਟੀ ਰੋਟੀ ਖਾਧੀ ਅਤੇ ਘਰ ਆ ਗਏ, ਅਤੇ ਵਲੋਗ ਮੈਂ ਤਾਂ ਨਹੀਂ ਸ਼ੂਟ ਕਰ ਸਕਿਆ ਅੱਗੇ ਬਿਕੋਜ਼ ਮੇਰਾ ਫੋਨ ਦੀ ਬੈਟਰੀ ਡੈਡ ਹੋ ਗਈ ਸੀ, ਅਤੇ ਅਸੀਂ 3-4 ਜਾਣੇ ਹੀ, ਸਾਰਿਆਂ ਕੋਲ ਆਈਫੋਨ ਆ, ਕੇਬਲ ਸਾਡੇ ਕੋਲ ਇੱਕ ਸੀ, ਠੀਕ ਆ, ਨਹੀਂ ਹੋਇਆ ਕੰਮ, ਬਟ ਠੀਕ ਆ। ਥੈਂਕ ਯੂ ਸੋ ਮਚ ਇੱਥੋਂ ਤੱਕ ਵਲੋਗ ਵੇਖਣ ਵਾਸਤੇ, ਮਿਲਦੇ ਹਾਂ ਫਿਰ ਕਿਸੇ ਅਗਲੇ ਵਲੋਗ 'ਚ।